ਸਿਆਸਤ ਵਪਾਰ ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਡੈਨਿਕ ਸਵੇਰਾ ਟਾਈਮਸ ਕੁਝ ਦੇਰ ਪਹਿਲਾਂ ਪੰਜਾਬ ਦੇ ਸੀਐਮ ਕੈਪਟਨ ਅਮਿੰਦਰ ਸਿੰਘ ਵੱਲੋਂ ਜਲੰਧਰ ਦੇ ਸਿਵਲ ਸਰਜਨ ਗੁਰਿੰਦਰ ਕੌਰ ਚਾਵਲਾ ਜਿਹੜੇ ਜਲੰਧਰ ਦੇ ਸਿਵਲ ਸਰਜਨ ਆ ਉਹਨਾਂ ਨਾਲ ਗੱਲਬਾਤ ਕੀਤੀ ਗਈ ਔਰ ਜਲੰਧਰ ਦੇ ਹਾਲਾਤ ਬਾਰੇ ਜਾਣਕਾਰੀ ਹਾਸਲ ਕੀਤੀ ਸਾਡੇ ਨਾਲ ਮੈਡਮ ਮਨਜੂਦ ਆ ਉਹਨਾਂ ਨਾਲ ਗੱਲਬਾਤ ਮੈਡਮ ਕੀ ਗੱਲਬਾਤ ਹੋਈ ਕੀ ਹਾਲਾਤ ਦੱਸੇ ਦੇਖੋ ਕੱਲ ਜੀ ਸਾਡੇ ਸੀਐਮ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਮੈਨੂੰ ਫੋਨ ਆਇਆ ਸੀ ਵੀਡੀਓ ਤੇ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਪਹਿਲਾਂ ਤਾਂ ਉਹ ਮੈਂ ਉਹਨਾਂ ਦੀ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਹੈਲਥ ਡਿਪਾਰਟਮੈਂਟ ਦੀ ਬਹੁਤ ਜ਼ਿਆਦਾ ਹੌਸਲਾ ਅਫਜ਼ਾਈ ਕੀਤੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਜਿਹੜਾ ਹੈਲਥ ਡਿਪਾਰਟਮੈਂਟ ਆ ਚਾਹੇ ਉਹ ਡਾਕਟਰ ਹੋਵੇ ਚਾਹੇ ਨਰਸਿਸ ਹੋਣ ਫਾਰਮਾਸਿਸਟ ਹੋਣ ਪੈਰਾਮੈਡੀਕਲ ਸਟਾਫ ਹੋਵੇ ਵਾਟ ਸਰਵੈਂਟਸ ਹੋਣ ਸਵੀਪਰਸ ਹੋਣ ਉਹ ਦਿਨ ਰਾਤ ਜਿਹੜੀ ਹੈ ਮਿਹਨਤ ਕਰ ਰਿਹਾ ਕਿ ਅਸੀਂ ਕਿਸੇ ਤਰ੍ਹਾਂ ਇਸ ਬਿਮਾਰੀ ਨੂੰ ਜਿਹੜਾ ਹੈਗਾ ਠੱਲ ਪਾ ਲਈਏ ਸੋ ਉਹਨਾਂ ਨੇ ਸਾਡਾਂ ਸਾਡੇ ਸਾਰਿਆਂ ਦੀ ਬਹੁਤ ਜ਼ਿਆਦਾ ਹੌਸਲਾ ਅਫਜ਼ਾਈ ਕੀਤੀ ਕਿ ਮੈਂ ਤੁਹਾਡੇ ਨਾਲ ਹੈਗਾ ਸਰਕਾਰ ਤੁਹਾਡੇ ਨਾਲ ਹੈਗੀ ਹੈ ਤੁਸੀਂ ਖੁੱਲਕੇ ਡਟ ਕੇ ਕੰਮ ਕਰੋ ਤੇ ਨਾਲੇ ਉਹਨਾਂ ਨੇ ਹਾਲਾਤਾਂ ਬਾਰੇ ਪੁੱਛਣਾ ਚਾਇਆ ਕਿਉਂਕਿ ਕੁਝ ਦਰਾਂ ਤੋਂ ਸਾਡੇ ਜਿਹੜੇ ਜਲੰਧਰ ਦੇ ਵਿੱਚ ਕੇਸਿਸ ਥੋੜੇ ਜ਼ਿਆਦਾ ਆ ਰਹੇ ਸੀ ਜਿਹਦੇ ਕਰਕੇ ਕਾਫੀ ਲੋਕਾਂ ਦੇ ਵਿੱਚ ਜਿਹੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਉਹਦੇ ਵਾਸਤੇ ਮੈਂ ਉਹਨਾਂ ਨੂੰ ਜਿਹੜਾ ਕੈਪਟਨ ਸਾਹਿਬ ਨੂੰ ਮੈਂ ਉਹਨਾਂ ਨੂੰ ਦੱਸਿਆ ਕਿ ਜਿਹੜੀ ਸਾਡੇ ਜਲੰਧਰ ਦੇ ਵਿੱਚ ਸ਼ਾਇਦ ਇਸ ਕਰਕੇ ਜ਼ਿਆਦਾ ਨਜ਼ਰ ਆ ਰਹੇ ਨੇ ਕੇਸ ਕਿਉਂਕਿ ਅਸੀਂ ਬਹੁਤ ਜ਼ਿਆਦਾ ਐਕਸਟੈਂਸਿਵ ਕੰਟੈਕਟ ਟ੍ਰੇਸਿੰਗ ਕਰ ਰਹੇ ਹਾਂ ਕੋਈ ਵੀ ਬੰਦਾ ਜਿਹੜਾ ਸਾਨੂੰ ਪੋਜ਼ਿਟਿਵ ਜਦੋਂ ਸਾਡਾ ਡਿਕਲੇਅਰ ਹੋ ਜਾਂਦਾ ਤਾਂ ਅਸੀਂ ਇਮੀਡੀਏਟਲੀ ਉਹਦੇ ਜਿਹੜੇ ਜਿੰਨੇ ਵੀ ਕੰਟੈਕਟ ਉਹ ਪਿਛਲੇ 10 15 ਦਿਨਾਂ ਵਿੱਚ ਜਿਹਦੇ ਜਿਹਦੇ ਵੀ ਕੰਟੈਕਟ ਚ ਆਇਆ ਅਸੀਂ ਉਹ ਸਾਰੇ ਟਰੇਸ ਕਰਕੇ ਤੇ ਸਾਰਿਆਂ ਦੀ ਟੈਸਟਿੰਗ ਕਰ ਰਹੇ ਹਾਂ ਅਸੀਂ ਸੈਂਪਲਿੰਗ ਬਹੁਤ ਜ਼ਿਆਦਾ ਕਰ ਰਹੇ ਹਾਂ ਤਾਂ ਕਿ ਕੋਈ ਵੀ ਇਹੋ ਜਿਹਾ ਵਿਅਕਤੀ ਨਾ ਹੋਵੇ ਕਿ ਜਿਹੜਾ ਸਾਡੀ ਪਕੜ ਤੋਂ ਬਾਹਰ ਰਹਿ ਜਾਵੇ ਕਿਉਂਕਿ ਇਹਦੇ ਵਿੱਚ ਮੈਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਬਹੁਤ ਸਾਰੇ ਲੋਕ ਸਾਡੇ ਕੋਲ ਜਿਹੜੇ ਪੇਸ਼ੈਂਟ ਜਿਹੜੇ ਪੋਜ਼ਿਟਿਵ ਆਏ ਨੇ ਦਾਖਲ ਨੇ ਉਹ ਏ ਸਿੰਟੋਮੈਟਿਕ ਹੈਗੇ ਨੇ ਕਿ ਉਹਨਾਂ ਦੇ ਵਿੱਚ ਬਿਮਾਰੀ ਦੇ ਕੋਈ ਲੱਛਣ ਨਹੀਂ ਹੈਗੇ ਲੇਕਿਨ ਫਿਰ ਵੀ ਉਹ ਪੋਜ਼ਿਟਿਵ ਆ ਰਹੇ ਨੇ ਸੋ ਅਗਰ ਇਹੋ ਜਿਹਾ ਕੋਈ ਪੋਜ਼ਿਟਿਵ ਵਿਅਕਤੀ ਜਿਸ ਨੂੰ ਕੋਈ ਲੱਛਣ ਨਹੀਂ ਹੈਗੇ ਬਿਮਾਰੀ ਦੇ ਉਹ ਸੋਸਾਇਟੀ ਦੇ ਵਿੱਚ ਘੁੰਮਦਾ ਫਿਰਦਾ ਰਹਿੰਦਾ ਤਾਂ ਹੋ ਸਕਦਾ ਉਹਨੂੰ ਆਪ ਨੂੰ ਕੋਈ ਲੱਛਣ ਨਾ ਆਣ ਕਿਉਂਕਿ ਉਹਦੀ ਆਪਣੀ ਜਿਹੜੀ ਸ਼ਕਤੀ ਹੈ ਬਾਡੀ ਦੀ ਇਮਿਊਨਿਟੀ ਉਹ ਬਹੁਤ ਸਟਰੋਂਗ ਹੁੰਦੀ ਹੈ ਤੇ ਉਹਨੂੰ ਕੋਈ ਲੱਛਣ ਨਹੀਂ ਆਉਂਦੇ ਪਰ ਉਹ ਇੱਕ ਕੈਰੀਅਰ ਦੇ ਫਾਰਮ 'ਚ ਸੋਸਾਇਟੀ ਦੇ ਵਿੱਚ ਮੂਵ ਕਰਦਾ ਤੇ ਉਹ ਆਪਣੀ ਬਿਮਾਰੀ ਜਿਹੜੀ ਹੈਗੀ ਹੈ ਕਿਸੇ ਨੂੰ ਵੀ ਆਪਣੇ ਕੰਟੈਕਟਸ ਦੇ ਵਿੱਚ ਫੈਲਾ ਸਕਦਾ ਤੇ ਉਹਦੀ ਜਿਹੜੀ ਉਹ ਜੋ ਫੈਲਾਏਗਾ ਬਿਮਾਰੀ ਉਹਦੇ ਵਿੱਚ ਜਿਹੜੇ ਵਿਚ ਵਿਚਾਰੇ ਬਜ਼ੁਰਗ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਹੋਰ ਬਿਮਾਰੀਆਂ ਨੇ ਨਾਲ ਜਿਵੇਂ ਕਿ 슈ਗਰ ਹੋਈ ਬਲੱਡ ਪ੍ਰੈਸ਼ਰ ਹੋਇਆ ਕੈਂਸਰ ਹੋਇਆ ਕਿਡਨੀ ਦੀ ਡਿਜ਼ੀਜ਼ ਹੈਗੀ ਹੈ ਇਸ ਤਰ੍ਹਾਂ ਦੀਆਂ ਬਿਮਾਰੀਆਂ ਵਾਲੇ ਜਿਹੜੇ ਕਮਜ਼ੋਰ ਇਮਿਊਨਿਟੀ ਵਾਲੇ ਲੋਕ ਹੈਗੇ ਆ ਜਾਂ ਬੱਚੇ ਹੈਗੇ ਆ ਜਾਂ ਪ੍ਰੈਗਨੈਂਟ ਮਦਰਸ ਹੈਗੀਆਂ ਉਹ ਬਹੁਤ ਹੀ ਛੇਤੀ ਇਹਦੀ ਪਕੜ ਵਿੱਚ ਆ ਜਾਂਦੇ ਆ ਤੇ ਜੇ ਅਸੀਂ ਇਹੋ ਜੇ ਐ ਸਿਮਟੋਮੈਟਿਕ ਜਿਹੜੇ ਪੇਸ਼ੈਂਟਸ ਹੈਗੇ ਨੇ ਜਿਹੜੇ ਪੋਜ਼ਿਟਿਵ ਹੈਗੇ ਆ ਉਹਨਾਂ ਨੂੰ ਅਸੀਂ ਸੋਸਾਇਟੀ ਤੋਂ ਅਲੱਗ ਨਹੀਂ ਰੱਖਾਂਗੇ ਤਾਂ ਉਹ ਇਹ ਜਿਹੜੀ ਹੈ ਸਪਰੈਡ ਜਿਹੜੀ ਹੈ ਬਿਮਾਰੀ ਕਰਦੇ ਰਹਿਣਗੇ ਸੋ ਉਹਨਾਂ ਨੂੰ ਮੈਂ ਇਹਨਾਂ ਸਾਰਾ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਸੋ ਉਹਨਾਂ ਨੇ ਬਹੁਤ ਅੱਛਾ ਰਿਸਪਾਂਸ ਦਿੱਤਾ ਔਰ ਸਾਨੂੰ ਸ਼ਾਬਾਸ਼ੀ ਦਿੱਤੀ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਔਰ ਪਵਿੱਖ ਵਿੱਚ ਵੀ ਇਸ ਤਰ੍ਹਾਂ ਹੀ ਜੇ ਸਾਨੂੰ ਉਹ ਸ਼ਾਬਾਸ਼ੀ ਦਿੰਦੇ ਰਹਿਣਗੇ ਤਾਂ ਮੈਂ ਇਹ ਵਾਅਦਾ ਕਰਦੀ ਹਾਂ ਕਿ ਮੈਂ ਔਰ ਮੇਰੀ ਜਿਹੜੀ ਹੈਲਥ ਡਿਪਾਰਟਮੈਂਟ ਦੀ ਟੀਮ ਹੈ ਅਸੀਂ ਇਸੇ ਤਰ੍ਹਾਂ ਇਸ ਜੰਗ ਦੇ ਵਿੱਚ ਡਟੇ ਰਵਾਂਗੇ ਸੋਲਜਰਸ ਵਾਂਗੂ ਅਸੀਂ ਕੰਮ ਪਹਿਲਾਂ ਵੀ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਦੇ ਰਵਾਂਗੇ ਸੀਐਮ ਸਾਹਿਬ ਨੂੰ ਕੋਈ ਨਏ ਸੀਐਮ 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 ਸਾਹਿਬ ਨੂੰ ਕੋਈ ਆਦੇਸ਼ ਹੈਲਥ ਡਿਪਾਰਟਮੈਂਟ ਦਿੱਤੇ ਗਏ ਇਹ ਆਦੇਸ਼ بس ਉਹਨਾਂ ਨੇ ਸਾਨੂੰ ਇਹੀ ਕਿਹਾ ਕਿ ਆਪਣਾ ਪੂਰਾ ਜ਼ੋਰ ਲਗਾਉਣਾ ਹੈ ਆਪਾਂ ਇਸ ਲੜਾਈ ਦੇ ਵਿੱਚ ਪਿੱਛੇ ਨਹੀਂ ਹਟਣਾ ਤੇ ਅਸੀਂ ਜਿਹੜੀ ਹੈ ਅੰਤ ਵਿੱਚ ਅਸੀਂ ਇਹਦੇ ਤੇ ਜਿੱਤ ਪ੍ਰਾਪਤ ਕਰਨੀ ਹੈ ਗੱਲ ਕਰੀਏ ਜਲੰਧਰ ਦੀ ਜਲੰਧਰ ਤੇ ਕੀ ਹਾਲਾਤ ਹੈ ਕਿੰਨੇ ਪੇਸ਼ੈਂਟ ਆ ਚੁੱਕੇ ਕਿੰਨੇ ਠੀਕ ਹੋ ਚੁੱਕੇ ਆ ਹਾਂਜੀ ਐਸ ਵੇਲੇ ਜੀ ਸਾਡੇ ਕੋਲ ਜਿਹੜੇ ਆ 79 ਜਿਹੜੇ ਪੇਸ਼ੈਂਟ ਹੈ ਉਹ ਪੋਜ਼ਿਟਿਵ ਆਏ ਨੇ ਤੇ ਅਸੀਂ ਘੱਟੋ ਘੱਟ 2600 ਤੋਂ 2700 ਤੱਕ ਆਲਮੋਸਟ ਜਿਹੜੇ ਸੈਂਪਲਿੰਗ ਜਿਹੜੀ ਟੈਸਟ ਕਰ ਲਈ ਹੋਈ ਹੈ ਤੇ ਉਹਦੇ ਚੋਂ 2000 ਤੋਂ ਉੱਤੇ ਜੜੀਆਂ ਰਿਪੋਰਟਾਂ ਸਾਡੀਆਂ ਨੈਗੇਟਿਵ ਆ ਚੁੱਕੀਆਂ ਕੱਲ ਵੀ ਸਾਡੀਆਂ ਜੜੀਆਂ 421 ਰਿਪੋਰਟਾਂ ਆਈਆਂ ਸੀ ਸਾਰੀਆਂ ਦੀਆਂ ਸਾਰੀਆਂ ਨੈਗੇਟਿਵ ਆਈਆਂ ਸੀ ਔਰ ਇਹਦੇ ਚੋਂ ਹੁਣ ਤੱਕ ਜਿੰਨੇ 69 ਕੇਸ 79 ਕੇਸ ਹੈਗੇ ਨੇ ਉਹਦੇ ਚੋਂ ਸੱਤ ਇਹੋ ਜਿਹੇ ਮਰੀਜ਼ ਨੇ ਜਿਹੜਾ ਕਿ ਬਿਲਕੁਲ ਠੀਕ ਹੋ ਕੇ ਵਾਪਸ ਘਰ ਵੀ ਜਾ ਚੁੱਕੇ ਇੱਕ ਕੇਸ ਹੁਣੇ ਆਇਆ ਉਹ ਕਿਦੇ ਕੰਟੈਕਟ ਚ ਸੀਗਾ ਤੇ ਬੰਦਾ ਕੌਣ ਸੀਗਾ ਦੇਖੋ ਨਾਮ ਮੈਂ ਇਸ ਵੇਲੇ ਤੁਹਾਨੂੰ ਉਹ ਨਹੀਂ ਕਰ ਸਕਦੀ ਪਰ ਜਿਹੜੇ ਆਲਰੇਡੀ ਸਾਡੇ ਪੋਜ਼ਿਟਿਵ ਕੇਸਸ ਜਿਹੜੇ ਸਾਡੇ ਵਾਰਡ ਦੇ ਪਏ ਹੈ ਉਹਦਾ ਹੀ ਇੱਕ ਫੈਮਿਲੀ ਕੰਟੈਕਟ ਸੀਗਾ ਫੈਮਿਲੀ ਘਰ ਦਾ ਬੰਦਾ ਸੀਗਾ ਹਾਂਜੀ ਮੈਡਮ ਕਈ ਇਲਾਕਿਆਂ ਦੇ ਵਿੱਚ ਚੈੱਕ ਤੁਹਾਡੇ ਜਿਹੜੇ ਲੋਕ ਚੈੱਕਅਪ ਵੀ ਕਰਨ ਜਾ ਰਹੇ ਆ ਉਹ ਕਿੱਦਾਂ ਚੈੱਕਅਪ ਕੀਤਾ ਜਾ ਰਿਹਾ ਉਹਨਾਂ ਦਾ ਦੇਖੋ ਸਾਡੀਆਂ ਰੈਪਿਡ ਰਿਸਪੌਂਸ ਟੀਮਸ ਅਸੀਂ ਕੰਨੇ ਆ ਉਹ ਬਣੀਆਂ ਹੋਈਆਂ ਨੇ ਜਿੱਥੋਂ ਵੀ ਸਾਨੂੰ ਕੋਈ ਕਾਲ ਆਉਂਦੀ ਹੈ ਕਿਸੇ ਘਰ ਚੋਂ ਕਿ ਹਾਂ ਸਾਡੇ ਇੱਥੇ ਬੰਦਾ ਬਿਮਾਰ ਹੈਗਾ ਜਾਂ ਉਹਨੂੰ ਕੋਈ ਇਹੋ ਜਿਹੇ ਫਲੂ ਵਾਲੇ ਲੱਛਣ ਹੈਗੇ ਆ ਅਸੀਂ ਇਮੀਡੀਏਟਲੀ ਆਪਣੀ ਜਿਹੜੀ ਹੈ ਰੈਪਿਡ ਰਿਸਪੌਂਸ ਟੀਮ ਉੱਥੇ ਭੇਜਦੇ ਆ ਉਹਦੇ ਚ ਉਹਦੀ ਐਗਜ਼ਾਮੀਨੇਸ਼ਨ ਕੀਤੀ ਜਾਂਦੀ ਦੇਖਿਆ ਜਾਂਦਾ ਜੇ ਉਹਨਾਂ ਨੂੰ ਕੋਈ ਕੋਵਿਡ ਵਾਲੇ ਸਿੰਪਟਮਸ ਲੱਗਦੇ ਆ ਤਾਂ ਇਮੀਡੀਏਟਲੀ ਜਿਹੜੀ ਐਂਬੂਲੈਂਸ ਬੁਲਾ ਕੇ ਅਸੀਂ ਉਹਨੂੰ ਆਪਣੇ ਹਸਪੀਟਲ 'ਚ ਸ਼ਿਫਟ ਕਰਦੇ ਆ ਬਾਕੀ ਸਾਡੀਆਂ ਟੀਮਾਂ ਜਿੱਥੇ ਕੇਸ ਪੋਜ਼ਿਟਿਵ ਜ਼ਿਆਦਾ ਨਿਕਲੇ ਨੇ ਉਸ ਏਰੀਆ ਨੂੰ ਕੰਟੇਨਮੈਂਟ ਕਰਕੇ ਸੀਲ ਕਰਕੇ ਪੁਲਿਸ ਵੱਲੋਂ ਸੀਲ ਕੀਤਾ ਜਾਂਦਾ ਦੇ ਡੋਰ ਟੂ ਡੋਰ ਜਿਹੜੀਆਂ ਸਾਡੀਆਂ ਟੀਮਾਂ ਜਾ ਕੇ ਸਰਵੇ ਕਰਦੀਆਂ ਨੇ ਜੇ ਕੋਈ ਵੀ ਉਹਨਾਂ ਨੂੰ ਸਸਪੈਕਟਡ ਕੇਸ ਨਜ਼ਰ ਆਉਂਦਾ ਹੈ ਜਾਂ ক্লোਜ਼ ਕੰਟੈਕਟ ਜਿਹੜੇ ਪੋਜ਼ਿਟਿਵ ਕੇਸਿਸ ਦੇ ਨਜ਼ਰ ਆਉਂਦੇ ਨੇ ਤਾਂ ਉਹ ਸਾਰਿਆਂ ਨੂੰ ਇੱਥੇ ਸਿਵਲ ਹਸਪਤਾਲ ਸੈਂਪਲਿੰਗ ਵਾਸਤੇ ਭੇਜਿਆ ਜਾਂਦਾ ਏਸੀ ਜਲੰਧਰ ਦੇ ਸਿਵਲ ਸਰਜਨ ਜਿੰਨਿੰਦਰ ਸਿੰਘ ਦਸਿਆ ਕੈਪਟਨ ਮਿੰਦਰ ਸਿੰਘ ਵੱਲੋਂ ਵੀਡੀਓ ਕਾਲਿੰਗ ਤੇ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਦਾ ਹੌਸਲਾ ਫਜ਼ਾਈ ਕੀਤਾ ਗਿਆ ਤੇ ਇਹ ਕਿਹਾ ਗਿਆ ਕਿ ਇੱਦਾਂ ਦੀ ਕਰੋਨਾ ਵਰਗੀ ਬਿਹਾਨਕ ਬਿਮਾਰੀ ਦੇ ਨਾਲ ਕੈਪਟਨ ਸਾਹਿਬ ਖੁਦ ਇਹਨਾਂ ਦੇ ਨਾਲ ਖੜੇ ਆ ਕੈਮਰਾਮੈਨ ਰਵੀ ਦੇਨਾ ਵਿਨੈਸ਼ ਸ਼ਰਮਾ ਦੈਨਿਕ